ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚਾ ਖਾਲਸਾ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ ਅਤੇ ਪੀਰੀ ਦੋ ਤਲਵਾਰਾਂ ਧਾਰਨ ਕਰਨ ਦਾ ਮਹਾਨ ਪਾਵਨ ਪਵਿੱਤਰ ਦਿਹਾੜਾ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਸਮੇਂ ਅਕਾਲ ਤਖਤ ਸਾਹਿਬ 'ਤੇ ਸੁਸ਼ੋਭਿਤ ਮਾਨ ਹੋਏ ਔਰ ਬਾਬਾ ਬੁੱਢਾ ਸਾਹਿਬ ਜੀ ਜਿਸ ਸਮੇਂ ਬਾਬਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁਰਾਤਨ ਮਰਿਆਦਾ ਦੇ ਅਨੁਸਾਰ ਸਿਹਲੀ ਟੋਪੀ ਮੰਜੀ ਹਾਜ਼ਰ ਕੀਤੀ। ਗੁਰਦੇਵ ਪਾਤਸ਼ਾਹ ਨੇ ਕਿਹਾ, ਬਾਬਾ ਜੀ ਹੁਣ ਜਿਹੜੀ ਭਗਤੀ ਹੈ ਉਹ ਸਿਖਰ 'ਤੇ ਪਹੁੰਚ ਚੁੱਕੀ ਹੈ, ਹੁਣ ਇਹ ਸਿਹਲੀ ਟੋਪੀ ਲੋੜ ਨਹੀਂ, ਇਸ ਨੂੰ ਤੋਸ਼ੇਖਾਨੇ ਵਿੱਚ ਜਮ੍ਹਾਂ ਕਰਕੇ ਜੋ ਸ਼ਸਤਰ ਨੇ ਉਹ ਸ਼ਸਤਰ ਲਿਆ ਕੇ ਸਾਨੂੰ ਧਾਰਨ ਕਰਵਾਏ ਜਾਣ। ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕਰਵਾਈਆਂ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸਤਿਗੁਰੂ ਪਾਤਸ਼ਾਹ ਨੇ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਕਰਕੇ ਸਤਿਗੁਰਾਂ ਨੇ ਸਾਨੂੰ ਬਾਣੀ ਅਤੇ ਬਾਣਾ ਬਖਸ਼ਿਸ਼ ਕੀਤਾ ਹੈ। ਬਾਣੀ ਅਤੇ ਬਾਣਾ ਇਹ ਮੀਰੀ ਪੀਰੀ ਦਾ ਸਿਧਾਂਤ ਹੈ। ਸਿੱਖ ਨੇ ਜਿੱਥੇ ਬਾਣੀ ਨਾਲ ਜੁੜਨਾ ਉੱਥੇ ਬਾਣੇ ਨਾਲ ਵੀ ਜੁੜਨਾ ਹੈ। ਬਾਣੀ ਅਤੇ ਬਾਣਾ ਦੋਨੋਂ ਹੀ ਮਿਲ ਕੇ ਸੰਪੂਰਨਤਾ ਵਿੱਚ ਹੁੰਦੇ ਨੇ। ਅੱਜ ਲੋੜ ਹੈ ਸਾਨੂੰ ਇਸ ਮਹਾਨ ਪਾਵਨ ਪਵਿੱਤਰ ਦਿਹਾੜੇ ਤੋਂ ਪ੍ਰੇਰਣਾ ਲੈਂਦੇ ਹੋਏ ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤਧਾਰੀ ਹੋ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣੀਏ, ਨਸ਼ਿਆਂ ਦਾ ਤਿਆਗ ਕਰੀਏ, ਕੇਸਾਂ ਦਾ ਸਤਿਕਾਰ ਕਰੀਏ, ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨੂੰ ਬਿਲਕੁਲ ਜੜੋਂ ਖਤਮ ਕਰ ਦੇਈਏ, ਤਾਂ ਹੀ ਇਹ ਮਨਾਏ ਹੋਏ ਪਾਵਨ ਪਵਿੱਤਰ ਦਿਹਾੜੇ ਜਿਹੜੇ ਨੇ ਸਫਲੇ ਨੇ। ਇਸ ਪਾਵਨ ਪਵਿੱਤਰ ਦਿਹਾੜੇ 'ਤੇ ਦਾਸ ਆਲ ਵਰਲਡ ਦੇ ਸਮੁੱਚੇ ਸੰਸਾਰ ਭਰ ਦੇ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।